ਪਹਿਲਾਂ ਆਪਾਂ ਬਿਮਾਰੀ ਨੂੰ ਰੋਕੀਏ, ਫਿਰ ਬਿਮਾਰੀ ਕਿਹਨੇ ਦਿੱਤੀ ਉਹਦਾ ਇਲਾਜ ਕਰ ਲਾਂਗੇ। ਅਜੀਤ ਹੈ ਸਰ, ਟੈਕਨੀਕਲੀ ਮੈਂ ਇੱਕ ਕਲੀਅਰ ਕਰ ਦਿਆਂ, ਇਹਦੇ ਵਿੱਚ ਵੀ ਜਿੱਦਾਂ ਮੰਨ ਲਓ ਉੱਥੇ ਮੇਲੇ 'ਤੇ ਜਾਂਦੇ ਹਾਂ, ਥੋੜ੍ਹਾ ਥੋੜ੍ਹਾ ਵੀ ਹੁੰਦਾ ਹੈ, ਬਾਅਦ 'ਚ ਸਾਨੂੰ ਪ੍ਰਾਈਵੇਟ ਦੁਕਾਨਾਂ ਤੋਂ ਲੈਣਾ ਪੈਂਦਾ, ਉਹ ਲੁੱਟਣ ਕਰਦੇ ਹਰ ਜ਼ਿਮੀਦਾਰ ਦੀ ਸਪਰੇਹਾਂ ਕਰ ਲਾਭਤ ਹੁੰਦੀ ਹੈ ਜੀ। ਇਹ ਸਾਨੂੰ ਮੰਨ ਲਓ ਨਹੀਂ ਸਰ, ਗੁਜਰਾਤ ਵਾਲਾ ਟਾਈਮ ਪਹਿਲਾਂ ਸੀ, ਜੇ ਸਾਨੂੰ ਉਹੀ ਰੇਹ ਸਪਰੇਅ ਯੂਨੀਵਰਸਿਟੀ ਦੇਵੇ ਨਾ ਤਾਂ ਸਾਡੀ ਲੁੱਟ ਬੱਚੇ ਨਾਲ, ਤਾਂ ਅਤੇ ਸਾਨੂੰ ਬੀਜ ਤਾਂ ਸ਼ੁੱਧ ਮਿਲੂ ਜੀ, ਸਪਰੇਅ ਵੀ ਸ਼ੁੱਧ ਮਿਲੂ। ਬਿਲਕੁਲ ਨਹੀਂ ਸਰ, ਤੁਸੀਂ ਇੱਥੋਂ ਵੀ ਬਿੱਲ ਬਕਾਇਦਾ ਸਾਡੇ ਕੋਲ ਦੇਖਿਆ, ਪਰ ਤੈਨੂੰ ਪਤਾ ਹੀ ਚੱਲ ਮੇਰੇ ਕੋਲ ਮਹਿਕਮਾ ਰਿਹਾ 2005 'ਚ, ਮੈਂ ਬੀਟੀ ਕੋਰਟ ਲੈ ਕੇ ਆਇਆ ਸੀ, ਉਦੋਂ ਬਥੇਰੇ ਪੜ੍ਹ ਕੇ ਬਿਠਣੇ ਵਾਲੇ ਸਰ ਜੀ ਬੀਜੇ ਵੀ ਅੰਕਲ ਜੀ ਦੋ ਵਾਰੀ ਹੈ, ਇੱਕ ਬਾਈ ਦੀ ਆਪਣਾ 2019 ਦੇ ਵਿੱਚ ਬਾਰਿਸ਼ ਦੇ ਵਿੱਚ ਆ ਕੇ ਮੇਰਾ ਸਾਰਾ ਨਰਮਾ ਖਤਮ ਹੋ ਗਿਆ ਸੀ, ਮੈਂ ਬਾਅਦ ਆਈ ਬਕਾਇਦਾ ਮੁੜ ਕੇ ਮੈਨੂੰ ਕੋਈ ਮੁਆਵਜ਼ਾ ਨਹੀਂ ਮਿਲਿਆ ਜੀ, ਕੋਈ ਕੁਛ ਨਹੀਂ। ਇਹ ਠੀਕ ਹੈ ਸਰ, ਇਹ ਤਾਂ ਮੀਂਹ 'ਚ ਕਰਕੇ ਥੋੜ੍ਹਾ ਜਿਹਾ ਹੋਰ ਜਿਹਾ ਹੋ ਗਿਆ, ਇਹ ਪਹਿਲੇ ਫਲਾਵਰ ਦੇ ਵਿੱਚ ਨਹੀਂ ਸੀ। ਬਕਾਇਦਾ ਮੈਂ ਇਹਦੀ ਲਿਖ ਕੇ ਮੰਨ ਲਓ ਵੀ ਡੀ ਸਾਹਿਬ ਨੂੰ ਵੀ ਦੇ ਕੇ ਆਇਆ ਸੀ, ਬਕਾਇਦਾ ਵੀਡੀਓ ਬਣਾ ਕੇ ਵੀ ਦੇ ਕੇ ਆਇਆ ਸੀ। ਨਹੀਂ ਜੀ, ਹਾਈਟ ਘੱਟ ਹੈ, ਫਲ ਤਾਂ ਉਹਦੇ ਕਰਕੇ ਨੁਕਸਾਨ ਹੋ ਗਿਆ ਹੋਣਾ, ਹਾਈਟ ਉਹਦੀ ਬਿਲਕੁਲ ਹੀ ਨਹੀਂ ਜੀ, ਬਿਮਾਰੀ ਹੈ ਜੀ। ਆ ਚਿੱਟਾ ਮੱਛਰ ਵੀ ਆ ਦੇਖੋ ਇੱਦਾਂ ਉੱਡਿਆ ਫਿਰਦਾ, ਸੁੰਡੀ ਵੀ ਹੈ, ਹਾਂਜੀ ਹਾਂਜੀ। ਇਹ 10 ਦਿਨਾਂ 'ਚ ਅਟੈਕ ਹੋਇਆ ਜੀ ਪੂਰਾ। ਫੋਟੋ ਕਰਾ ਲਈ ਕੈਮਰਾਮੈਨ, ਫੋਟੋ ਲੈ ਲਓ ਸਾਹਿਬ ਥੋੜ੍ਹਾ ਜਿਹਾ ਅੱਗੇ ਆਓ ਤੁਸੀਂ।
नुकसान हो गया सरकार वालों की प्लान मतलब के ऐलान कर रहे हो सरकार किसानों के नाल खड़ी है ते हर मुआवजा भी दिता जाएगा हर भरपाई की जाएगी पहला टोटल ऐसी ऐसी साइड फटाफट भेज रहे हैं ताकि बीमारी है यदा इलाज किया जा सके पहला इलाज वाल बढ़ा उस तो बाद अगले अगला कर नरमा साडा मरिया जी सानू 8000 मारवा दिता गया जेडे झोने वाले बंदे लै गए दूले पटवारी वगैरह सारे थाके ओए माइक पीछे कर लो यार इस गल ते काम तुसी पाऊंगे जमींदार मारा मता हल पहला सुगी ने मारिया सी फिर चिट्टे मच्छर ने मारी दी गल सुनो ऐतकी ऐस ने मारते 55000 नु बांध ठेके ते लै के 8 महीने हो गए घरे पै के नहीं देखिया जी अज जे चुगण ते आ साडा हल हो गया तुसी जे मुआवजा दोगे रात चोर बैठे है चोरां ते काबू पाऊंगे ਤਾਂ ਕਾਮਯਾਬ ਹੋ ਸਕਦਾ ਜ਼ਿਮੀਦਾਰ ਨਹੀਂ ਹੋ ਸਕਦਾ ਜੀ ਹਾਂ ਮੈਂ ਸਿੱਧੀ ਗੱਲ ਸਪਸ਼ਟ ਕਰੀਏ ਬਹੁਤ ਅੱਗੇ ਗਿਆ ਜੀ ਸਰ ਖੁਦਕੁਸ਼ੀ ਕਰ ਹੋਵੇ ਜਾਂ ਕੀ ਕਰਦਾ ਮੇਰੇ ਸਮੇਂ ਦੇ ਵਿੱਚ ਹਾਜੀ ਸਾਹਿਬ ਇਹਨਾਂ ਨੇ ਪੈਸਾ ਕਾਸਟ ਕਰਨ ਨੂੰ ਜਾ ਜਾਏ ਜੀ ਤੇ ਨੱਥ ਪਾ ਦੋਗੇ ਜਿਹੜਾ ਮਾਰ ਜਾਊ ਜ਼ਿਮੀਦਾਰਾਂ ਨੂੰ ਮਿਲਣਾ ਚਾਹੀਦਾ ਹੋ ਰਾਜ ਚੋਰ ਬੈਠੇ ਆ ਚੋਰ ਨਾ ਖਾਣ ਮੈਂ ਸਰ ਤੇ ਤੁਹਾਨੂੰ ਮੈਂ ਮੰਨੂਗਾ ਤੁਹਾਨੂੰ ਮੰਨੂਗਾ ਵੀ ਬਾਕੀ ਤੁਸੀਂ ਗਰੀਬ ਕਰ ਦੋਗੇ ਮੈਂ ਵੀ ਗਰੀਬ ਕਰਦਾ ਹਾਂ ਜੀ ਬਾਕੀ ਕੀ ਬਾਤ ਹੈ ਸਹੀ ਗੱਲ ਹੈ ਯਾਰ ਬਾਕੀ किसान वाणी असीं हमेशा ही तो नशर करते हैं प्रोग्राम किसान वाणी दिता है अंदर ना हो यार उत्ते खड़े रहो ना पिछे किसान की त्रासदी थी उन्होंने आपका रोना भी रोया हुंदा की रहा इस तो पहला के किसी को 29 रुपए का चेक आ गया किसी को 17 रुपए का चेक आ गया सही तरीके से गाड़ी में पास लाई गए सर।